अस्सलाम वालेकुम। वालेकुम सलाम। और साजिद की हाल है तेरा वे शहजादे? अल्हम्दुलिल्लाह शुक्र है मालिक जात दा। केड़ा पिंड है? तेरा पिंड छन्नी। छन्नी है ते सुनया साजिद नु मजा ना बड़ा प्यार है। इंशाल्लाह बहुत प्यार है ना। ते किस तरह फिर प्यार नभाना पिया? प्यार इना दी सोहनी सवाट सटा करी दी है। हां सोना इना दी परवरिश करी दी है। हां इना नु सोना चाड़ा पाई दा। सही है। ओ वंडा छंडा विच पाई दा। अच्छा इंशाल्लाह इना दी सोहनी इना नु राजी करी दा। सेवा तुहां दस्या कि इन्हां दी सेवा करने आ पे ते मेवा पे खाने आ। ए खलक ते खुदा भी राजी है, डंगर भी राजी ने, रब भी राजी है। इंशाल्लाह। ते किस तरह तुसीं इन्हां दी खिदमत करदे हो पे? इन्हां दी खिदमत कर रहे आ, पट्ठे लिया रहे आ, सुबह उठदे आ। किन्ने वजे उठदे हो? इन्हां सवेरे 4 वजे उठीदा, धारा शारा कड्डी दियां ने। हां फिर पट्ठे लियाई दे ने। हां फिर दुध शुध भी देईदा। अच्छा तकरीबन कोई 11 वजे इन्हां नूं बाहर भी दरिया शरिया विच भी नहालीदा, डैम विच। अच्छा हांजी ठीक हो गया। कोई 12 1 वजे इन्हां नूं पट्ठे छड़े पाहड़ी दे ने। सही है। तकरीबन को 4 बजे ना पानी छानी भी पलाहड़ी दा। ठीक है हांजी। ते दिहाड़ी च एक बारी पट्ठे बस ल्यांदे? नहीं दिहाड़ी वे पट्ठे इन्हां नूं दो बारी पाई दे। ल्यांदे एक बारी वड़ के? किन्ने पट्ठे ल्यांदे हो? तकरीबन एक रेड़ा चंगा बीज के ल्यांदे आ। अच्छा चंगा रेड़ा लद के ल्यांदे आ। ते किन्ने तुहाडे माशाल्लाह डंगर ने? डंगर हैन को 12। 12 डंगरां वास्ते किन्ने के पट्ठे तुहाडे आ जांदे ने? किन्ने मण अंदाजन दस सकदे हो? तकरीबन आ जांदे ने 25 मण। 25 मण हांजी। ते किन्ने बंदे सामणे उहनां नूं? बंदे सिर्फ दो ही। दो ही? दोए भाई हो? नहीं अब्बू दे मैं। क्या बात है। अच्छा ते कोई मसला मसाइल नहीं इस काम च? नहीं कोई मसला मसाइल नहीं इंशाल्लाह। ये काले चामने भूखे मरने नहीं देंदे बंदे नु। ओ क्या बात है। काले चाम बंदियां नु भूखे नहीं मरन देंदे? जे बंदा बंदे दा पुत्र होए ते? हां जी। ते बुरे चाम भूखे मारदे ने? नहीं नहीं फिर सारे फिर इहदा ए हिसाब है ना, है ते ना काले चाम दा बुरा कोई कोई है। हां जां नहीं? सही है। ओ ते चलो विच कोई टमा टमा जी आ जांदा। टमा आ जांदा जी। अच्छा ਤੁਹਾਨੂੰ ਦੱਸਿਆ ਕਿ ਪੱਠੇ ਅਸੀਂ ਇਹਨਾਂ ਨੂੰ ਇੱਕ ਵਾਰੀ ਵੱਢ ਕੇ ਲਿਆਣੇ ਆ ਰੇੜਾ ਪੂਰਾ। ਹਾਂਜੀ ਉਹ ਇਹਨਾਂ ਨੂੰ ਤੁਸੀਂ ਉਹ ਕੁੱਤਰ ਛੱਡਦੇ ਇੱਕ ਵਾਰੀ? ਉਹ ਕੁੱਤਰ ਕੇ ਪਾਨੇ ਆ ਇਹਨਾਂ ਨੂੰ ਦੋ ਵਾਰੀ ਕਰਕੇ। 4 ਦੇ ਤੇ ਨਹੀਂ? ਨਹੀਂ ਨਹੀਂ ਕਦੀ ਕਦੀ 4 ਹੀ ਦਿਨ ਹੁੰਦੀ ਇਸ ਦਿਨ ਕਿਤੇ ਇਹਨਾਂ ਦਾ ਚਾਹ ਚਾੜੀ ਆਏ। ਅੱਛਾ ਤੇ ਉਂਝ ਕੋਈ ਨਹੀਂ? ਅੱਛਾ ਜੇ ਉਂਝ ਦਿਲ ਕਰੇ ਫਰਾਂਟ ਰਾਂ ਦੇ ਦੇ ਤੇ ਡੰਗਰ ਅਗਰ ਕਿੱਲੇ ਤੇ ਹੀ ਬੱਜੇ ਰਹਿਣ ਤੇ ਨੁਕਸਾਨ ਤੇ ਨਹੀਂ ਹੁੰਦਾ? ਨਹੀਂ ਨੁਕਸਾਨ ਤੇ ਕੋਈ ਨਹੀਂ ਹੁੰਦਾ ਬਾ ਜੀ। ਹਾਂ ਗਰਮੀ ਸ਼ਰਮੀ ਚ ਇਹਨਾਂ ਨੂੰ ਪੱਖਾ ਛਕਾ। ਅੱਛਾ ਜੀ ਇਹਨਾਂ ਨੂੰ ਸਿਰਫ ਪੱਖਾ ਛਕਾ ਹੈ ਗਰਮੀ ਸ਼ਰਮੀ ਚ। ਸਾਲ ਵਿੱਚ ਕੋਈ ਪਹਾੜ ਸ਼ਾ ਅੱਗੇ ਪੜਦੇ ਪੁੜਦੇ ਕਮਰਿਆਂ 'ਚ ਲਾਏ ਹੋਣ ਤੇ ਕੋਈ ਟੈਨਸ਼ਨ ਨਹੀਂ ਹੈ। ਅੱਛਾ ਸਹੀ ਹੋ। ਉਹ ਦਰਿਆ ਨੂੰ ਹਾਲੀ ਨੂੰ ਹੱਲਿਓ ਇਹਨੂੰ 2-3 ਵਾਰੀ ਡੰਗਰਾਂ ਨੂੰ। ਹਾਂ ਫਿਰ ਕਿੰਨਾ ਕੁ ਤੁਸੀਂ ਆਂਦੇ ਹੋ ਤੁਹਾਨੂੰ ਮਜਾ ਨਾਲ ਪਿਆਰ ਹੈ ਤੇ ਕਿੰਨਾ ਕੁ ਖਰਚ ਇਹਨਾਂ ਦੇ ਘਰ ਛੱਡਦੇ ਹੋ ਪਿਆਰ ਪਿਆਰ ਦੇ ਵਿੱਚ? ਤਕਰੀਬਨ ਕੋਈ ਸਾਲ ਦਾ ਹੋ ਜਾਂਦਾ ਕੋਈ 2.5-3 ਲੱਖ ਰੁਪਇਆ ਖਰਚਾ ਸਾਲ ਦਾ। ਹਾਂਜੀ ਇਹਨਾਂ ਨੂੰ ਪੱਠੇ ਛੱਟੇ। ਅੱਛਾ ਤੁਸੀਂ ਮਾਸ਼ਾਅੱਲਾ ਵਾਹਦ ਬੰਦੇ ਹੋ ਜਿਨ੍ਹਾਂ ਪੂਰੇ ਸਾਲ ਦਾ ਖਰਚਾ ਸਾਨੂੰ ਕੱਢ ਕੇ ਦੱਸ ਛੜਿਆ। ਪੂਰੇ ਸਾਲ 'ਚ 2.5 ਲੱਖ ਰੁਪਇਆ ਸਾਰੇ ਡੰਗਰਾਂ ਦੇ? ਹਾਂਜੀ 12 ਡੰਗਰਾਂ ਦੇ। ਹਾਂਜੀ ਕਿਸ ਤਰ੍ਹਾਂ 2.5 ਲੱਖ ਲੱਗਦਾ? ਇਹਨਾਂ ਦੇ ਕੋਈ ਪੱਠੇ ਆ ਜਾਂਦੇ ਨੇ, ਅੱਜ ਕੱਲ੍ਹ ਤੁਹਾਨੂੰ ਪਤਾ ਪੱਠੇ ਵੀ ਬੜੇ ਮਹਿੰਗੇ ਨੇ। ਤੇ ਪੱਠੇ ਮੁੱਲ ਦੇ ਨੇ ਤੁਹਾਡੇ? ਹਾਂਜੀ ਪੱਠੇ ਵੀ ਮੁੱਲ ਦੇ ਨੇ। ਯਾਰ ਇਹ ਗੱਲ ਜ਼ਰਾ ਕਲੀਅਰ ਕਰਨੀ ਜੇ ਇੱਥੇ ਕਿ ਬਹੁਤ ਲੋਕ ਆਉਂਦੇ ਨੇ ਕਿ ਪੱਠੇ ਮੁੱਲ ਦੇ ਲੈ ਕੇ ਤੇ ਡੰਗਰਾਂ 'ਚ ਨੁਕਸਾਨ ਹੈ, ਤੁਸੀਂ ਕਹਿੰਦੇ ਹੋ? ਇਨਸ਼ਾਅੱਲਾ ਕੋਈ ਨੁਕਸਾਨ ਨਹੀਂ ਹੈ ਇਹਨਾਂ 'ਚ। ਕਿਸ ਤਰ੍ਹਾਂ ਫਿਰ ਨੁਕਸਾਨ ਤੋਂ ਬਚੀਏ? ਇਹਨਾਂ ਨੂੰ ਨੁਕਸਾਨ ਤੋਂ ਇਹੀ ਹੈ ਬਈ ਆਪਣਾ ਮਾਲ ਦੀ ਮਿਹਨਤ ਮੁਹਨਤ ਕਰੋ, ਉਹ ਜਾ ਸ਼ਾ ਇਹਨਾਂ ਦੇ ਪਾਲੋ ਤੇ ਆ ਗਏ ਤੇ ਆਪਣੇ ਇਨਸ਼ਾਅੱਲਾ ਅੱਲਾ ਬਾਗ। ਕੋਣਾ ਮੇਰੀਆਂ ਮੱਝਾਂ ਇਹਨਾਂ ਦੀ ਕੋਈ ਹੱਡੀ ਲੱਭਦੀ ਵੀ ਹੈ? ਸਹੀ ਹੋ ਗਿਆ। ਜੇ ਇਹਨਾਂ ਨੂੰ ਭੁੱਖੀਆਂ ਨਾ ਰਹਿਣ ਦੋ ਤੇ ਜੇ ਉਂਝ ਇਹਨਾਂ ਦੇ ਚੰਮ ਰੋਲ ਛੱਡਣੇ ਨੇ ਤੁਸੀਂ ਹੱਡੀਆਂ ਕੱਢ ਕੇ ਤੇ ਫਿਰ ਇਹਨਾਂ ਨੇ ਕੀ ਦੇਣਾ ਤੁਹਾਨੂੰ? ਇਹਨਾਂ ਨੂੰ ਪੱਠੇ ਭਾਵੇਂ ਮੁੱਲ ਦੇ ਹੋਣ ਤੇ ਭਾਵੇਂ ਮੁੱਲ ਦੇ ਹੋਣ ਭਾਵੇਂ ਆਪਣੇ ਹੋਣ, ਆਪਣੇ ਹੋਣ ਤੇ ਬੇਸ਼ੱਕ ਪਾਈ ਜਾਣੀ ਤੇ ਫਿਰ ਆਪਣਿਆਂ ਦਾ ਕੀ ਫਾਇਦਾ? ਮੁੱਲ ਲੈ ਕੇ ਵੀ ਪਾਓ ਤੇ ਸੋਹਣੇ ਪਾਓ। ਠੀਕ ਹੈ। ਤੇ ਮੁੱਲ ਲੈ ਕੇ ਅਗਰ ਪੱਠੇ ਪਾਨੇ ਆ ਤਾਂ ਫੇਰ ਕੀ ਮੁਨਾਫਾ ਹੈ, ਔਰ ਅਗਰ ਆਪਣੇ ਪਾਨੇ ਆਪਣੇ ਹੋਣ ਤੇ ਫੇਰ ਕੀ ਮੁਨਾਫਾ ਹੈ? ਆਪਣਿਆਂ ਦੇ ਇਹ ਹੈ ਕਿ ਆਪਣੇ ਪੱਠੇ ਬਚ ਜਾਂਦੇ ਨੇ ਤੇ ਮੁੱਲ ਲੈ ਉਹਦੇ ਇੱਕ ਮੱਝ ਖਾ ਹਟਦੇ ਨੇ ਵਿੱਚ। ਅੱਛਾ ਠੀਕ ਹੈ। ਨਹੀਂ ਯਾਨੀ ਜਿਹੜੇ ਲੋਕ ਆਉਂਦੇ ਨੇ ਕਿ ਅਗਰ ਤੁਹਾਡੀ ਆਪਣੀ ਜ਼ਮੀਨ ਨਹੀਂ ਤੇ ਇਹ ਕੰਮ ਨਾ ਕਰੋ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਇਹ ਕੰਮ ਕਹਿਣਾ ਚਾਹੁੰਦੇ ਕਿ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਜਿਹੜਾ। ਇਨਸ਼ਾਅੱਲਾ ਇਹ ਅੱਲਾ ਬਾਗ ਇਹਦੇ ਵਿੱਚ ਬੜੀ ਬਰਕਤ ਪਾ ਰਿਹਾ। ਅੱਛਾ ਠੀਕ ਹੋ ਗਿਆ। ਅੱਛਾ ਮੈਂ ਇਹ ਦੱਸੋ ਕਿ ਤੁਹਾਨੂੰ ਦੱਸਿਆ ਕਿਹਾ ਵੀ ਕਿ ਅਸੀਂ ਮੁੱਲ ਦੇ ਪੱਠੇ ਪਾਉਂਦੇ ਹਾਂ, ਕੋਈ ਆਪਣੀ ਪੈਲੀ ਥੋੜ੍ਹੀ ਬਹੁਤੀ ਵੀ ਹੈ ਕਿ ਨਹੀਂ? ਆਪਣੀ ਸਿਰਫ 4 ਕਨਾਲ ਹੈ। 4 ਕਨਾਲ ਹੈ ਹਾਂਜੀ, ਬਾਕੀ ਸਾਰੀ ਮੁੱਲ ਦੀ ਹੈ? ਸਭ ਮੁੱਲ ਦੀ। ਤੇ ਕਿੰਨੇ ਸਾਲ ਦੇ ਤੁਸੀਂ ਪੱਠੇ ਮੁੱਲ ਜਿਹੜਾ ਨਾਲ ਲੈਂਦੇ ਹੋ? ਅਸੀਂ ਤਕਰੀਬਨ ਸਾਰੇ ਸਾਲਾਂ ਦੇ ਪੂਰੇ ਸਾਲ ਦੇ ਮੁੱਲ ਲੈਂਦੇ ਹਾਂ। ਪੂਰੇ ਸਾਲ ਦੇ ਲੈਂਦੇ ਹੋ? ਪਰਾਲੀ ਸਰਾਲੀ ਇਕੱਠੀ ਕਰ ਲਈ ਦੀ ਹੈ ਲੋਕਾਂ ਦੀ। ਅੱਛਾ ਉਹਦੇ ਵਿੱਚ ਹੋ ਜਾਂਦਾ ਕੋਈ ਥੋੜ੍ਹਾ ਜਿਹਾ ਸਿਆਲ ਵਿੱਚ। ਠੀਕ ਹੈ।
ਬਕਾਇਆ ਹਰ ਚੀਜ਼ ਮੁੱਲ ਦੀ। ਅੱਛਾ ਇਹ ਦੱਸੋ ਕਿ ਜਿਹੜੇ ਤੁਸੀਂ ਪੱਠੇ ਲੈਂਦੇ ਹੋ ਉਹ ਪੱਠੇ ਮੁੱਲ ਲੈਂਦੇ ਹੋ ਜਾਂ ਪੈਲੀ ਠੇਕੇ ਤੇ ਲੈ ਲੈਂਦੇ ਹੋ? ਕੋਈ ਪੈਲੀ ਲੈ ਲੈਂਦੇ ਆ ਠੇਕੇ ਤੇ, ਕੋਈ ਪੱਠੇ ਲੈ ਲੈਂਦੇ ਆ ਮੁੱਲ। ਤੇ ਫਾਇਦਾ ਕੀ ਹੈ ਕਿਹਦੇ 'ਚ? ਫਾਇਦਾ ਇਹ ਕੋਈ ਵੀ ਨਹੀਂ, ਫਾਇਦਾ ਹੀ ਹੈ। ਪੱਠੇ ਮੁੱਲ ਵੀ ਲੈ ਲਓ ਭਾਵੇਂ ਭਾਵੇਂ ਠੇਕੇ ਤੇ ਪੈਲੀ ਲੈ ਲਓ, ਇੱਕੋ ਹਿਸਾਬ ਹੈ। ਇੱਕੋ ਕਿਉਂ ਹਿਸਾਬ ਹੈ? ਕੁਛ ਲੋਕ ਕਹਿੰਦੇ ਨੇ ਕਿ ਅਗਰ ਤੁਸੀਂ ਠੇਕੇ ਤੇ ਲੈ ਲਓ, ਠੇਕੇ ਤੇ ਲੈ ਲਓ ਵੀ 4-5 ਹਜ਼ਾਰ ਰੁਪਇਆ ਘੱਟ ਹੋ ਜਾਂਦਾ, ਇਸ ਤਰ੍ਹਾਂ ਵੱਧ ਜਾਂਦੇ ਨੇ ਤੇ ਉਂਝ ਟੈਨਸ਼ਨ ਵੀ ਵੱਧ ਜਾਂਦੀ ਹੈ। ਉਂਝ ਟੈਨਸ਼ਨ ਵੀ ਵੱਧ ਜਾਂਦੀ ਹੈ। ਸਹੀ ਹੋ ਗਿਆ, ਠੀਕ ਹੈ। ਕੋਈ ਦੂਰੋਂ ਲੱਭਦੇ ਨੇ, ਕੋਈ ਨੇੜਿਓਂ ਲੱਭਦੇ ਨੇ। ਕਿੰਨੀ ਕੁ ਜਗ੍ਹਾ ਹੋਏ ਇਹਨਾਂ ਵਾਸਤੇ? ਇੱਕ ਡੰਗਰ ਵਾਸਤੇ ਤੁਸੀਂ ਕੀ ਫੀ ਅੰਦਾਜ਼ਾ ਲਾਓਗੇ ਕਿ ਇੱਕ ਡੰਗਰ ਵਾਸਤੇ ਇੰਨੀ ਕੁ ਜਗ੍ਹਾ ਹੋਏ ਦੁਬਾਰਾ ਖਾਈ ਜਾਂਦੀ ਹੈ? ਇੱਕ ਡੰਗਰ ਵਾਸਤੇ ਕਿੰਨਾ ਜਗ੍ਹਾ ਹੋਏ ਤੇ ਬੜੀ ਹੈ? ਪੱਠਿਆਂ ਵਾਸਤੇ ਕਹਿੰਦੇ ਨਾ, ਨਹੀਂ ਉਹਨੂੰ ਰਹਿਣ ਵਾਸਤੇ, ਰੱਖਣ ਵਾਸਤੇ? ਇਹਨੂੰ ਰਹਿਣ ਵਾਸਤੇ ਹੋਏ 5 ਮਰਲੇ ਜਗ੍ਹਾ ਤੇ ਬੜੀ ਹੈ। ਇੱਕ ਡੰਗਰ ਵਾਸਤੇ? ਇੱਕ ਡੰਗਰ ਵਾਸਤੇ ਨਹੀਂ, ਇੱਕ ਡੰਗਰ ਵਾਸਤੇ 2-3 ਮਰਲੇ ਜਗ੍ਹਾ ਹੈ, ਬੇਵਾ ਹੈ। ਇੱਕ ਮਰਲਾ ਚ ਨਹੀਂ ਵਾਰਾ ਖਾਂਦੀ? ਇੱਕ ਮਰਲੇ ਤੇ ਇੱਕ ਕਮਰੂ ਬਣਦਾ। ਅੱਛਾ, ਠੀਕ ਹੈ। ਤੇ ਉਹਦਾ ਸੁੱਕ ਗਿੱਲ ਵੱਖਰਾ? ਸੁੱਕੇ ਵਿੱਚ ਵੀ ਕਰਨਾ, ਗਿੱਲੇ ਵਿੱਚ ਵੀ ਕਰਨਾ, ਕੱਚੇ ਵਿੱਚ ਵੀ ਕਰਨਾ, ਪੱਕੇ ਵਿੱਚ ਵੀ ਕਰਨਾ। ਠੀਕ ਹੋ ਗਿਆ। ਯਾਨੀ ਅਗਰ ਤੁਸੀਂ ਮੱਝ ਨੂੰ ਡੇਰੇ ਤੇ ਹੀ ਬੰਨ ਛੱਡਣਾ ਹੈ ਤੇ ਫਿਰ ਕਮ ਸੇ ਕਮ 2 ਮਰਲੇ ਇੱਕ ਮੱਝ ਦਾ ਤੁਸੀਂ ਹਿਸਾਬ ਰੱਖਣਾ? ਹਾਂਜੀ ਹਾਂਜੀ, ਠੀਕ ਹੋ ਗਿਆ। ਤੇ ਅਗਰ ਮਰਲਾ ਕਰੋਗੇ ਤੇ ਫਿਰ ਔਖਾ ਹੋ ਗਿਆ ਕੰਮ? ਔਖਾ ਹੋ ਜਾਂਦਾ, ਫਿਰ ਉਹ ਪੱਕੇ ਤੇ ਰਹਿੰਦੀ, ਉਹਨੂੰ ਚੰਡੀਆਂ ਪੈ ਜਾਂਦੀਆਂ ਨੇ। ਅੱਛਾ, ਠੀਕ ਹੈ। ਨਹੀਂ ਕੱਚੇ ਤੇ ਹੋਏ ਤੇ ਫਿਰ ਸੌਖੀ ਰਹਿੰਦੀ ਆ, ਕੱਚੇ ਤੇ ਆਪਣੀ ਮਰਜ਼ੀ ਨਾਲ ਪੈਣੀ ਹੈ। ਠੀਕ ਹੋ ਗਿਆ। ਮੱਝ ਨੂੰ ਜਿਹੜੇ ਲੋਕ ਡੇਰਿਆਂ ਤੇ ਬੰਨ ਛੱਡਦੇ ਨੇ, ਅੱਛਾ, ਕਿੰਨੇ ਘੰਟੇ ਉਹਨਾਂ ਨੂੰ ਉਹ ਪੱਕੇ ਤੇ ਰੱਖਣ ਤੇ ਕਿੰਨੇ ਘੰਟੇ ਉਹਨਾਂ ਨੂੰ ਕੱਚੇ ਤੇ ਰੱਖਣ? ਤਕਰੀਬਨ ਸਵੇਰੇ 10 ਵਜੇ ਨੂੰ ਪੱਕੇ ਤੇ ਬੰਨ ਜਾਣ ਤੇ ਸ਼ਾਮੀ 4-5 ਵਜੇ ਇਹਨਾਂ ਨੂੰ ਕੱਚੇ ਤੇ ਰੱਖ ਛੱਡਣ, ਜਗ੍ਹਾ ਸੁੱਕੀ ਸਾਕੀ ਹੋਏ, ਗਿੱਲੇ ਪਾਣੀ ਛਾਣੀ ਨਾ ਹੋਏ। ਰਾਤ ਮੱਝ ਨੂੰ ਤਰੇਲ ਚ ਬੰਨਣਾ ਚਾਹੀਦਾ ਕਿ ਨਹੀਂ? ਨਹੀਂ ਬੰਨਣਾ ਚਾਹੀਦਾ, ਕਿਉਂ ਨਹੀਂ ਬੰਨਣਾ ਚਾਹੀਦਾ? ਤਰੇਲ ਨੁਕਸਾਨ ਤੇ ਨਹੀਂ ਦਿੰਦੀ? ਨਹੀਂ, ਕੋਈ ਨੁਕਸਾਨ ਨਹੀਂ, ਕਾਹਦਾ ਨੁਕਸਾਨ? ਠੀਕ ਹੋ ਗਿਆ। ਤੇ ਇਹ ਪਾਣੀ ਤੁਸੀਂ ਲਿਆਂਦੇ ਨੇ ਡੰਗਰ? ਅੱਗੇ ਤੁਹਾਡੇ ਘੋਰ ਭਾਈ ਦਾ ਸੀ ਇੰਟਰਵਿਊ ਲਿਆ, ਇਹ ਪੂਰਾ ਪਿੰਡ ਹੀ ਇੱਥੇ ਡੰਗਰ ਲੈ ਕੇ ਆਉਂਦਾ? ਪੂਰਾ ਪਿੰਡ ਹੀ ਆਉਂਦਾ, ਪੂਰਾ ਮਹੱਲਾ। ਪੂਰਾ ਮਹੱਲਾ, ਠੀਕ ਹੋ ਗਿਆ। ਤੇ ਕਿੰਨੀ ਕੁ ਦੇਰ ਤੁਸੀਂ ਇਹਨੂੰ ਡੰਗਰ ਇੱਥੇ ਰੱਖਦੇ ਹੋ? ਤਕਰੀਬਨ 1 ਵਜੇ ਸਿੱਧਾ ਇੱਥੇ ਬਾਲ ਰੱਖਦੇ ਨੇ। ਹਾਂ, ਇਹ ਡੇਲੀ ਡੇਲੀ ਦੀ ਰੁਟੀਨ ਹੈ ਤੁਹਾਡੀ? ਡੇਲੀ ਦੀ ਰੁਟੀਨ। ਸਹੀ ਹੋ ਗਿਆ, ਠੀਕ ਹੋ ਗਿਆ। ਅੱਛਾ, ਇਹ ਦੱਸਿਓ ਕਿ ਇੱਕ ਮੱਝ ਜਿਹੜੀ ਹੈ, ਅੱਗੇ ਤੁਹਾਨੂੰ ਦੱਸਣਾ ਕਿ 2.5 ਲੱਖ ਰੁਪਇਆ ਸਾਡੇ 12 ਮੱਝਾਂ ਤੇ ਆਈ ਜਾਂਦਾ, ਇੱਕ ਮੱਝ ਦਿਹਾੜੀ ਦਾ ਕੀ ਖਾਈ ਜਾਂਦੀ ਹੈ? ਇੱਕ ਮੱਝ ਦਿਹਾੜੀ ਦਾ ਖਾ ਜਾਂਦੀ 800 ਰੁਪਇਆ। 800 ਕਿਸ ਤਰ੍ਹਾਂ? 800 ਖਾ ਜਾਂਦੀ ਜੀ, 400 ਹਿਸਾਬ ਲਵਾਓ ਹਾਂ ਜ਼ਰਾ। 400 ਰੁਪਏ ਦੀ 20 ਕਿਲੋ ਤੂੜੀ ਹੈ, 400 ਰੁਪਏ ਮਣ ਪੱਠੇ ਨੇ। ਅੱਛਾ, ਠੀਕ ਹੈ। ਜੇ ਵੰਡਾ ਵੀ ਪਾਓ ਤੇ ਫਿਰ 1000 ਰੁਪਏ ਲਾ ਲਓ। ਇਹ ਤੁਸੀਂ ਬਹੁਤੇ ਨਹੀਂ ਦੱਸਦੇ ਪਏ? ਨਹੀਂ ਨਹੀਂ, ਕਾਹਦੇ ਬਹੁਤੇ ਯਾਰ, ਅੱਗੇ ਬੰਦਾ ਪੈਂਦਾ ਸੀ 400-500 ਰੁਪਏ ਲੱਗਦਾ, ਤੁਸੀਂ ਆਉਂਦੇ 1000 ਲੱਗਦਾ। ਬਜਵਾਦ ਵਿੱਚ ਕੀ ਸਾਜਦ ਕੀ ਆਣਾ ਇੱਥੇ, ਕੀ ਰੇਟ ਹੈ? ਇੱਥੇ ਵੀ ਰੇਟ ਆਈ ਹੈ 5000 ਰੁਪਇਆ ਕਨਾਲ ਦਾ ਰੇਟ ਹੈ। ਅੱਛਾ, ਤੁਸੀਂ ਹਿਸਾਬ ਲਾ ਲਓ 5000 ਰੁਪਏ ਚ ਕਿੰਨੇ ਡੰਗ ਨਿਕਲਦੇ ਵੇਲੇ? 4 ਡੰਗ ਨਿਕਲਦੇ ਨੇ। ਚਲੋ ਮੈਂ ਮੰਨ ਲਈ ਤੁਹਾਡੀ ਗੱਲ, ਤੂੰ ਸਾਨੂੰ ਕਿਹਾ ਜੀ ਵੰਡਾ ਪਾ ਕੇ ਤੂੜੀ ਪਾ ਕੇ ਆਪਣਾ ਪੱਠੇ ਛੱਠੇ ਪਾ ਕੇ ਮੁੱਲ ਦੇ 1000 ਰੁਪਇਆ ਜਿਹੜਾ ਨਾ ਉਹ ਡੰਗਰ ਤੇ ਲੱਗ ਜਾਂਦਾ, ਤੇ ਹੁਣ ਉਹ ਮੱਝ ਦਿੰਦੀ ਕੀ 1000 ਲਾ ਕੇ? 1000 ਲਾ ਕੇ ਅੱਲਾ ਪਾਕ ਦੁੱਧ ਸ਼ੁੱਧ ਵੀ ਦੇਖਦੀ ਆ ਉਹ ਆਪਣਾ। ਹਾਂ, ਤਕਰੀਬਨ 8-10 ਕਿਲੋ ਦੁੱਧ ਵੀ ਦਿੰਦੀ ਹੈ ਨਾ ਮੱਝ, ਜਿਹਦਾ ਵੱਡਾ ਹੀ 8-10 ਉਹਨੇ ਦੇਣਾ ਤੇ ਫਿਰ ਤਾਂ ਪੂਰਾ ਪੂਰਾ ਹੋਇਆ ਬੱਚਿਆਂ ਦਾ ਕੱਖ ਨਾ। ਪੂਰਾ ਪੂਰੀ ਫਿਰ ਉਹਦੇ ਅੱਗੋਂ ਸੂਏ ਤੇ ਮੁਨਾਫਾ ਦਿੰਦੀ ਹੈ, ਢੁੱਕੇ ਆਪਣੇ ਟਾਈਮ ਤੇ ਆਵੇ ਫਿਰ ਉਹਦਾ ਵੀ ਮੁਨਾਫਾ ਹੈ। ਯਾਨੀ ਕਿ ਜਿਹੜੀ ਮੱਝ 15-16 ਕਿਲੋ ਦੁੱਧ ਦਿੰਦੀ ਹੈ ਉਹਦੇ ਚ ਵਿੱਚ ਫਿਰ ਅਗਰ ਉਹ 800 ਖਾ ਛੱਡਦੀ ਹੈ ਤੇ ਫਿਰ ਉਹ ਫਿਰ ਫਾਇਦਾ, ਉਹਦੇ ਚ ਫਾਇਦਾ। ਤੇ ਜੇ ਘੱਟ ਹੈ ਤੇ ਫਿਰ ਫਾਇਦਾ ਨਹੀਂ? ਨਹੀਂ ਫਾਇਦਾ, ਉਹਦੇ ਵਿੱਚ ਵੀ ਆ ਉਹ ਖਾਂਗੜ ਛਾਂਗੜ ਮੱਝ ਹੋਏ ਨਾ ਉਹਦਾ ਖਰਚਾ ਫਿਰ ਘੱਟ ਹੋਏਗਾ, ਉਹਦਾ ਖਰਚਾ ਘੱਟ ਹੋ ਜਾਂਦਾ। ਠੀਕ ਹੋ ਗਿਆ, ਵੰਡਾ ਵੀ ਘੱਟ ਹੈ, ਪੱਠੇ ਪੂਰੇ ਹੀ ਨੇ। ਸਹੀ ਹੋ ਗਿਆ। ਕਿਆ ਬਾਤ ਹੈ ਸਾਜਦ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਲੇਕਿਨ ਇਹ ਗੱਲ ਜਿਹੜਾ ਖਰਚ ਤੁਸੀਂ ਦੱਸਿਆ ਨਾ, ਇਹ ਥੋੜਾ ਜਿਹਾ ਤੁਸੀਂ ਦੱਸਿਆ ਕਿ ਇਹਦੇ ਵਿੱਚ ਮਸਲਾ ਅਗਰ ਮੁੱਲ ਦੇ ਪੱਠੇ ਨੇ ਤੇ ਅਗਰ ਇੱਕ ਮੱਝ ਤੋਂ ਤੁਸੀਂ 1000 ਰੁਪਇਆ ਦੱਸਿਆ ਔਰ ਅਗਰ ਆਪਣੇ ਪੱਠੇ ਹੋਣ ਤੇ ਫਿਰ ਜ਼ਾਹਰ ਉਹ 500 ਹੋਈਏਗਾ। ਨਹੀਂ 500 ਵੀ ਨਹੀਂ, ਉਹ ਤਾਂ ਘੱਟ ਹੋ ਜਾਂਦਾ ਨਾ, ਫਿਰ ਵੰਡੇ ਦਾ ਹੀ ਹੋ ਜਾਣਾ ਤੇ ਫਿਰ ਗੱਲ ਤੇ ਉੱਥੇ ਹੀ ਆ ਕੇ ਮੁੱਕੀ ਨਾ ਕਿ ਆਪਣੀ ਜ਼ਮੀਨ ਹੋਏ ਤੇ ਫਿਰ ਇਹਦੇ 'ਚ ਬਹੁਤਾ ਫਾਇਦਾ, ਨਾ ਹੋਏ ਤੇ ਫਿਰ ਘੱਟ ਫਾਇਦਾ। ਨਹੀਂ ਘੱਟ ਵੀ ਨਹੀਂ, ਇਨਸ਼ਾਅੱਲਾ ਮਿਹਨਤ ਕਰੋ ਆਪਣੀ, ਠੀਕ ਹੈ। ਫਿਰ ਮਿਹਨਤ ਵੱਧ ਜਾਏਗੀ, ਯਾਨੀ ਚੰਗੇ ਡੰਗਰ ਪਾਣੇ ਪੈਣਗੇ, ਚੰਗੀ ਸੇਵਾ ਕਰਨੀ ਪਏਗੀ, ਫਿਰ ਸਜਰੇ ਰੱਖਣੇ ਪੈਣਗੇ। ਚਲੋ ਸਹੀ ਹੈ, ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ। ਸਲਾਮ ਅਲੈਕੁਮ।